ਜੀ ਨਾਜ਼ਰੀਨ ਸ਼ੂਟਿੰਗ ਵਾਲੀਬਾਲ ਦਾ ਬਹੁਤ ਬੜਾ ਨਾਂ ਆਪਣੇ ਵਕਤ ਦਾ ਬਹੁਤ ਬੜਾ ਡਿਫੈਂਸਰ ਮੀਆਂ ਵਾਲੀ ਵਾਂ ਬਚਰਾ ਔਰ ਆਪਣ ਕਲਿਆਰ ਕਬੀਲੇ ਦਾ ਨਾਂ ਰੋਸ਼ਨ ਕਰਨ ਵਾਲਾ ਖਿਲਾੜੀ ਸ਼ਾਦੇ ਨਾਲ ਸ਼ਖਸੀਅਤ ਮੌਜੂਦ ਹੈ ਅੱਜ ਸਵਾਰੀ ਮੁਲਾਕਾਤ ਕਰ ਸਈਆਂ ਬਹੁਤ ਬੜੀ ਸ਼ਖਸੀਅਤ ਮੀਆਂ ਰਿਆਜ਼ ਕਲਿਆਰ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਜਿਹੜੇ ਹਾਲਾਤ ਹਨ ਔਰ ਸਾਥ ਛੁਪੇ ਹਨ ਉਹ ਸਾਡੇ ਸਾਹਮਣੇ ਕਹਿਣ ਕੇ ਅਰਸਾਂ ਅਸਲਾਮ ਅਲੈਕਮ ਜੀ ਵਾਲੇਕਮ ਅਸਲਾਮ ਅਸਾਂ ਜੀ ਆਪਣੀ ਨਸ਼ੇਸ਼ ਦਾ ਸਵਾਲ ਦੋ ਅਸਾਂ ਆਪਣਾ ਆਗਾਜ਼ ਕਰ ਸਾਂ ਸ਼ੂਟਿੰਗ ਵਾਲੀਬਾਲ ਦਾ ਸਨ ਕਿੰਨੇ ਸ਼ੌਂਕ ਲੱਗਾ ਔਰ ਤੁਸੀਂ ਕਿਹੜੇ ਖਿਲਾੜੀ ਦੇ ਕੇ ਮੁਤਾਸਰ ਥੀ ਆਏ ਜੀ ਆਪਣਾ ਜਿਹੜਾ ਹੈ ਨਾ ਇਲਾਕਾ ਹੀ ਗੇਮ ਹੈ ਪਹਿਲੇ ਮੈਂ ਪਲਾਸਟਿਕ ਵਾਲੀ ਬਾਲ ਖੇਡਦਾ ਉਸ ਤੋਂ ਬਾਅਦ ਇਕਬਾਲ ਤੇ ਮਕਬੂਲ ਦੇ ਮੈਚ ਹੁੰਦੇ ਹਨ ਅਨੈਤ ਖਾਨ ਦੇ ਮਰਾਸ਼ ਹੁੰਦਾ ਇਤਨੀ ਦੁਨੀਆ ਇਕੱਠੀ ਹੁੰਦੀ ਆਈ ਉੱਥੋਂ ਵੇਖ ਕੇ ਤੇ ਸ਼ੌਕ ਲੱਗ ਗਿਆ ਅੱਛਾ ਇਹ ਫੀਲਡ ਜ ਬਹੁਤ ਵਸੀ ਫੀਲਡ ਹੈ ਸੇ ਸਾਡਾ ਉਸਤਾਦ ਗਾਉਂ ਹੈ ਹਰ ਫੀਲਡ ਜ ਕੋਈ ਨਾ ਕੋ ਉਸਤਾਦ ਹੁੰਦਾ ਐਸੇ ਹੀ ਸਾਡਾ ਕਿਹੜਾ ਉਸਤਾਦ ਹੈ ਉਸਤਾਦ ਜੀ ਤੇ ਹਾਜੀ ਬशीर ਮੂਮਨ ਖੈਲ ਤੇ ਦੋਸਤ ਮੂਮਨ ਭੱਟੀ ਮਰ ਹੂੰ ਅੱਲਾ ਉਹਨੂੰ ਜੰਨਤ ਨਸੀਬ ਕਰੇ ਜੇ ਉਹਨਾਂ ਕੋਲੋਂ ਸਟਾਰਟ ਕੀਤਾ ਹੈ ਉਸ ਤੋਂ ਬਾਅਦ ਫਿਰ ਪੁਲਿਸ ਵਿੱਚ ਵਰਤੀ ਹੋ ਗਏ ਉੱਥੇ ਤੇ ਫਿਰ ਆਰਮੀ ਦੇ ਵਿੱਚ ਵੀ ਕੋਈ 6 ਮਹੀਨੇ ਟ੍ਰੇਨਿੰਗ ਕੀਤੀ ਉਹਨਾਂ ਕੋਚਾਂ ਕੋਲੋਂ ਇਹ ਅਸਾਂ ਇਹ ਸੁਣਿਆ ਕਿ ਤੁਸੀਂ ਇੱਕ ਗੇ ਫੀਲਡ ਤੇ ਗੇਮ ਖੇਡੇ ਖਿਲਾਏ ਸਨ ਅਫਸਰਾਂ ਪੁਲਿਸ ਵਾਲੇ ਡਿਠਾ ਤੁਸੀਂ ਸੁਣ ਐਸੇ ਖਿਡਾਰੀ ਨੂੰ ਸੁਣ ਵਰਤੀ ਕਰ ਦਿੱਤਾ ਕਿ ਐਸੇ ਹਕੀਕਤ ਹੈ ਜੀ ਹਾਂ ਮੈਂ ਗੇਮ ਵਿੱਚ ਤੇ ਵਰਤੀ ਹੋਇਆ ਮੈਂ ਇੱਕ ਮੈਂ ਪੁਲਿਸ ਹੁਣ ਇਸ ਵੇਲੇ ਤੁਸੀਂ ਪੁਲਿਸ ਵਿੱਚ ਗੇਮ ਕਰਿੰਦੇ ਹੋ ਨਹੀਂ ਹੁਣ ਤੇ ਗੇਮ ਨਹੀਂ ਹੁਣ ਤੇ ਡਿਊਟੀ ਕਰਦੇ ਆ ਉਮਰ ਨਾਲ ਹੁੰਦਾ ਜਿਸ ਟਾਈਮ ਬੰਦਾ ਗੇਮ ਛੋੜ ਵੈਂਦਾ ਵਰੇ ਜੋ ਵੈਂਦਾ ਤੇ ਫਿਰ ਡਿਊਟੀ ਸ਼ੂਟੀ ਕਰਨੀ ਪਉਂਦੀ ਮਕਮੋਨਾ ਅੱਛਾ ਇਸ ਵੇਲੇ ਜੀ ਪਾਕਿਸਤਾਨ ਹੀ ਸਾਡਾ ਕੋ ਐਸਾ ਖਿਡਾਰੀ ਜਿਹੜਾ ਨਾਮਵਰ ਖਿਡਾਰੀ ਹੋਵੇ ਸਾਨੂੰ ਫਖਰ ਹੋਵੇ ਕਿ ਉਸਤੇ ਮੈਂ ਮਿਹਨਤ ਕੀਤੀ ਹੈ ਵਾਕਿਆ ਉਸ ਕਾਬਿਲ ਖਿਡਾਰੀ ਹੈ ਉਹਨੇ ਤਾਂ ਵੈਸੇ ਜੀ ਬੜੇ ਖਿਡਾਰੀ ਐਸਾ ਬਣਾਏ ਨਾ ਆਪਣੀ ਟੀਮ ਵਿੱਚ ਕਿਉਂ ਜੇ ਮੇਰੀ ਬੜੀ ਲੰਬੀ ਇਨਜ਼ੇ ਬੜਾ ਅਰਸਾ ਖੇਡੇ ਆ ਐਜ਼ ਕਪਤਾਨੀ ਕੀਤੀ ਹੈ ਤੇ वैसे ते अमिर बलोच मरहूम ओ भी साडा شاگرد ਰਹਾ ਹੈ ਨਵੀਦ ਭੁੱਟਾ ਰਾਏ ਨੂਰਉਦ ਖਰਲ ਸਾਡੀ ਜ਼ਿੰਦਗੀ ਦਾ ਉਹ ਕਿਹੜਾ ਮੈਚ ਜਿਹੜੇ ਤੋਂ ਮਹਿਸੂਸ ਸੀ ਆ ਕਿ ਵਾਕਿਆ ਮੇਰੇ ਖੁਦਾ ਦਾ ਸਲਾਈ ਤਹਨ ਔਰ ਮੈਂ ਖਿਲਾੜੀਆਂ ਜੀ ਮੈਂ ਜਦੋਂ ਦਾ ਵੀ ਸਟਾਰਟ ਕੀਤਾ ਹੈ ਨਾ ਤੇ ਬੜੇ ਅਰੂਝ ਤੇ ਗੇਮ ਰਹੀਏ ਮਾਸ਼ਾਅੱਲਾ ਅੱਲਾ ਦਾ ਬੜਾ ਕਰਮ ਰਿਹਾ ਹੈ ਮੇਰੇ ਤੇ ਕੋਈ ਇੱਕ ਮੈਚ ਦੇ ਤਮੇ ਜੇ ਕਰਨਾ ਕਰ ਸਕਦਾ ਕਾਫੀ ਮੈਚ ਜਿਹੜੇ ਨਾ ਅਕਸਰੀਤ ਮੈਚਾਂ ਦੀ ਬੜੀ ਅੱਛੀ ਪੋਜੀਸ਼ਨ ਵਿੱਚ ਖੇਡੇ ਆ ਤੁਸੀਂ ਕਿਹੜੇ ਕਲੱਬ ਵਿੱਚ ਖੇਡਦੇ ਹੋ ਸਾਰੇ ਕਲੱਬ ਦਾ ਕੀ ਨਾ ਪਹਿਲੇ ਤੇ ਜਿਹੜੀ ਸਟਾਰਟ ਹੋਇਆ ਨਾ ਉਹ ਤੇ ਇਥੇ ਇਲਾਕਾਈ ਗੇਮ ਆਈ ਇਲਾਕਾਈ ਟੀਮ ਆਈ ਕੈਦਾਬਾਦ ਤੇ ਵਾਹ ਲਿਆਂ ਦੀ ਜਿਸ ਦੇ ਵਿੱਚ ਅਮਨੁੱਲਾ ਪਠਾਨ ਅਨਵਾਰ ਮਰਹੂਮ ਆਜੀ ਬਸ਼ੀਰ ਮੈਂ ਹੋ ਗਿਓ ਇਸ ਹਿਸਾਬ ਨਾਲ ਉਸ ਤੋਂ ਬਾਅਦ ਜਿਸ ਤੇ ਵੱਡੀ ਟੀਮ ਬਣਾਈਏ ਨਾ ਵੱਡਾ ਕਲੱਬ ਸਾਡਾ ਬਣਿਆ ਤੇ ਉਹ ਆਰਫ ਜੋਈਏ ਦੇ ਨਾ ਤੂੰ ਮਸ਼ਹੂਰ ਹੋਇਆ ਕੁਝ ਸਾਲ ਚੱਲਿਆ ਕੋ 2-3 ਸਾਲ ਬਾਅਦ 2-3 ਸਾਲ ਬਾਅਦ ਜਿਹੜਾ ਤੇ ਫਿਰ ਮੇਰੇ ਨਾਂ ਦੀ ਟੀਮ ਜਿਹੜਾ ਹੈ ਨਾ ਐਜ਼ ਅ ਕਪਤਾਨ ਮੈਂ ਰਿਆਂ ਟੀਮ ਦਾ ਇਹ ਉਹ ਤਕਰੀਬਨ ਬੜਾ ਅਰਸਾ ਬੜੀ ਜਿਹੜਾ ਹੈ ਨਾ ਲੰਮਾ ਪੀਰੀਅਡ ਹੈ ਕੋਈ ਤਕਰੀਬਨ 70-28 ਸਾਲ ਠੀਕ ਹੋ ਗਿਆ ਜੀ ਸਾਡੇ ਵਾਸਤੇ ਇਹ ਵੀ ਬੜੀ ਫਖਰ ਦੀ ਗੱਲ ਹੈ ਕਿ ਮੈਂ ਰਿਆਜ਼ ਕਲਿਆਰ ਜੇਲੇ ਗੇਮ ਸ਼ੁਰੂ ਕੀਤੀ ਤੇ ਆਖਿਰ ਤੱਕ ਇਹ ਐਜ਼ ਅ ਕਪਤਾਨ ਖੇਡੇ ਰਹਿਣ ਕਿ ਆ ਵਾਕੀ ਈਆਂ ਗੱਲੇ ਜੀ ਸਟਾਰਟ ਹੀ ਤੇ ਨਹੀਂ ਤੇ ਦੋ ਤਿੰਨ ਸਾਲਾਂ ਬਾਅਦ ਐਜ਼ ਅ ਕਪਤਾਨੀ ਮਿਲੀ ਹੈ ਮੈਨੂੰ ਜਿਹੜੀ ਕਿ 27 28 ਸਾਲ ਐਜ਼ ਅ ਕਪਤਾਨ ਹੀ ਰਿਹਾ ਉਹ ਕਿਹੜਾ ਹਰੀਫ ਹੈ ਸਵਾਦੀ ਇਸ ਵਾਲੀ ਸ਼ੂਟਿੰਗ ਵਾਲੀ ਬਾਲ ਦੀ ਦੁਨੀਆ ਜਿਹੜੇ ਨਾਲ ਸੁਣ ਖੇਡਦੇ ਆ ਵਾਕਿਆ ਲੱਗਦਾ ਹੋਵੇ ਕਿ ਸਾਡਾ ਮੈਚ ਮੁਕਾਬਲੇ ਵਾਲਾ ਸਟਾਰਟ ਹੀ ਤੇ ਜੀ ਇਕਬਾਲ ਉਰਫ ਬਾਲਾ ਪੀਪਲ ਵਾਲਾ ਉਹਨਾਂ ਦੀ ਟੀਮ ਬਹੁਤ ਅੱਛੀ ਆਈ ਬਲਕਿ ਅੱਛੀ ਕੇ ਕਿ ਉਹ ਸਾਰੀ ਜ਼ਿੰਦਗੀ ਕਿਸੇ ਤਲੇ ਹਰੇ ਵੀ ਨਹੀਂ ਸਾਡੇ ਨਾਲ ਜਿਹੜਾ ਹੈ ਨਾ ਉਸ ਉਸਲੇ ਸਾਡੇ ਤੇ ਅਰੂਜ ਆਈ ਯੰਗਾ ਸੇ ਉਹਨਾਂ ਤੇ ਉਹ ਉਮਰ ਦੇ ਤਕਾਜ਼ੇ ਨਾਲ ਥੋੜਾ ਪੋਜੀਸ਼ਨ ਉਹਨਾਂ ਦੀ ਡਾਊਨ ਆਈ ਤੇ ਉਹਨਾਂ ਨਾਲ ਸਾਨੂੰ ਬੜਾ ਸਵਾਦ ਆ ਸਾਰੀ ਜ਼ਿੰਦਗੀ ਉਹਨਾਂ ਨਾਲ ਚਾਰ ਪੰਜ ਮੈਚ ਖੇਡੇ ਆ ਪੰਜ ਛੇ ਮੈਚ ਉਹਨਾਂ ਕੋਲ ਕੋਈ ਇੱਕਦਮ ਹੈ ਛਰੇ ਵੀ ਆ ਕੋਈ ਤਿੰਨ ਚਾਰ ਜਿੱਤੇ ਉਹਨਾਂ ਨਾਲ ਉਹਨਾਂ ਤੋਂ ਬਾਅਦ ਫਿਰ ਇਲਤਾਫ ਮਲਾ ਦੀ ਟੀਮ ਅਮਜਦ ਲੱਕ ਦੀ ਉਸ ਤੋਂ ਬਾਅਦ ਆ ਕੇ ਫੌਜੀ ਯੂਨਿਸ ਦੀ ਟੀਮ ਨਾਲ ਜਿਹੜਾ ਨਾ ਥੋੜਾ ਬਹੁਤ ਸਾਂ ਜੀ ਨਜ਼ਰੀ ਨੂਰੀਆਤ ਬਹੁ ਵੱਡਾ ਖਿਡਾਰੀ ਪਾਕਿਸਤਾਨ ਜਿ ਬਲਕੇ ਬੈਰੂਨ ਮੁਲਕੇ ਉਸੇ ਚਰਚੇ ਤੋ ਉਹਨਾਂ ਦਾ ਹੀ ਆਖਣਾ ਕਿ ਮੈਂ ਜਿਸ ਟਾਈਮ ਆਪਣੇ ਰੂਤ ਆਇਆ ਤੇ ਮੇਰੇ ਕਲੀਅਰ ਨੂੰ ਮੈਂ ਰਿਕਵੈਸਟ ਕੀਤੀ ਏ ਕਿ ਮਨ ਆਪਣੇ ਕਲਾਬੀ ਚ ਖਿਡਾਇਆ ਵੇ ਜੇ ਤੋ ਨਾ ਆਖਿਆ ਤੋ ਸੈ ਇਸ ਕਾਬਿਲ ਨੋ ਹਾਂ ਜੀ ਨਹੀਂ ਉਹ ਸਾਡਾ عزیز ਇਹ شاਗਿਰਦ ਇਹ ਇੰਦੀ ਗੱਲ ਤੇ ਨਹੀਂ ਕਿ ਮੈਂ ਉਸ ਨੂੰ ਜਵਾਬ ਕੀਤਾ ਹੋਵੇ ਸਾਡਾ ਇੱਕ ਦੋਸਤ ਏ ਮੇਜੀ ਖਰਲ ਹਫਜ਼ਾਬਾਦ ਦਾ ਉਹ ਉਹਨਾਂ ਦਾ ਵੀ عزیز ਆ ਤੇ ਉਹਨਾਂ ਬੜਾ ਅਰਸਾ ਸਾਡੇ ਨਾਲ ਵਕਤ ਅੱਛਾ ਟਾਈਮ گزارਿਆ ਹੈ ਤੇ ਸ਼ੌਕੀਨ ਆਦਮੀਆਂ ਉਹ ਆਧਿਆਨ ਕਿ ਸਾਡੇ ਇਲਾਕੇ ਦਾ ਚਲੋ ਇਸ਼ਤਿਹਾਰ ਤੇ ਨਾ ਹੋਵੇ ਉਸ ਦੀ ਵਜ੍ਹਾ ਤੋਂ ਕਰਕੇ ਤੇ ਰਾਏ ਨੂਰ ਅਯਾਦ ਖਰਲ ਜਿਹੜਾ ਤੇ ਅਸਾਂ ਉਹ ਸ਼ਾਗਿਰਦ ਬਣਿਆ ਤੇ ਉਹ ਇਸ ਹਿਸਾਬ ਵਿੱਚ ਬਹੁਤ ਅੱਛਾ ਖਿਡਾਰੀ ਰਿਹਾ ਹੈ ਬਲਕਿ ਇਸ ਟਾਈਮ ਵੀ ਖੇਡਦਾ ਵਧਾ ਹੈ ਅੱਛਾ ਜੀ ਇਸ ਫੀਲਡ ਜੀ ਸਨ ਕਿਹੜਾ ਸਾਡਾ ਦੋਸਤ ਜਿਹੜਾ ਸਨ ਢੇਗ ਸਪੋਰਟ ਕਰੀਂਦੋ ਹੋਏ ਹਾਂ ਦੋਸਤ ਜੀ ਬੜੇ ਕਾਫੀ ਰਹੇ ਨੇ ਇਹ ਬੜਾ ਜਿਹੜਾ ਹੈ ਨਾ ਲੰਬਾ ਚੌੜਾ ਸਿਲਸਿਲਾ ਉਸ ਟਾਈਮ ਬੜੇ ਇਲਾਕੇ ਦੇ ਵਿੱਚ ਇਹ ਇਲਾਕਾਈ ਗੇਮ ਆਈ ਵਾਲੀਬਾਲ ਤੇ ਕਬੱਡੀ ਤੇ ਦਾਦਾ ਸਰਵੋਰਾਜ ਪਿਪਲਾ ਵਾਲਾ ਅੱਲਾ ਜੰਨਤ ਵਿੱਚ ਫੌਤ ਹੋ ਗਏ ਹਨਾਨ ਖੈਲ ਆਈ ਹਾਜੀ ਆਲਮ ਸ਼ੇਰ ਠੀਕ ਹੈ ਬਾਕੀ ਕਾਫੀ ਪਿਪਲਾ ਦੇ ਪਠਾਨ ਜੰਡਾਲ ਦੇ ਪਠਾਨ ਬੰਦਿਆ ਲੋਕ ਗਏ ਬੱਚੇ ਰੋ ਗਏ ਕਾਫੀ ਸਪੋਰਟ ਕਰਦੇ ਕਾਫੀ ਵੱਡੇ ਜ਼ਿਮੀਂਦਾਰਾਂ ਨੇ ਲੋ ਤੇ ਇਹ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ ਸਾਡੇ ਇਲਾਕੇ ਤਾਂ ਪਲਾਸਟਿਕ ਵਾਲੀ ਬਾਲ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਤੇ ਤੁਸੀਂ ਸ਼ੂਟਿੰਗ ਵਾਲੀ ਬਾਲ ਨੂੰ ਕਿਉਂ ਚੂਜ਼ ਕੀਤਾ ਪਲਾਸਟਿਕ ਵਾਲੀ ਬਾਲ ਬਾਅਦੇ ਚਾਹੀਏ ਅਸੀਂ ਵੀ ਖੇਡਦੇ ਰਹੇ ਹਾਂ ਲੇਕਿਨ ਉਹ ਇਤਨੇ ਅਰੋਜ ਤੇ ਨਹੀਂ ਤੇ ਇਹ ਪਲਾਸਟਿਕ ਵਾਲੀ ਬਾਲ ਤੇ ਹੁਣ ਸਿਰਫ ਜੂਆ ਤੇ ਜਿਹੜਾ ਨਿਜ਼ਾਮ ਚੱਲ ਗਿਆ ਇਸ ਵਜ੍ਹਾ ਤੋਂ ਜ਼ਿਆਦਾ ਸ਼ੋਹਰਤ ਪਾ ਗਈ ਹੈ ਕਿਉਂ ਜੇ ਅੱਜ ਕੱਲ ਲੋਕਾਂ ਦਾ ਜ਼ੈਨ ਹੈ ਜੂਏ ਹਲੇ ਇਸ ਵਜ੍ਹਾ ਤੋਂ ਕਰਕੇ ਜਿਹੜਾ ਨਾ ਇਹ ਵਾਲੀਬਾਲ ਲੱਭਲ ਕੇ ਸਤੀ ਅਨਾਸ ਵੀ ਇਸੇ ਪਲਾਸਟਿਕ ਵਾਲੀਬਾਲ ਕੀਤਾ ਸ਼ੂਟਿੰਗ ਵਾਲੀਬਾਲ ਹੈ ਤੁਸਾਂ ਕੈਸੇ ਖਿਲਾੜੀ ਜਿਹੜੇ ਸਾਡੇ ਨਾਲ ਖੇਡਦੇ ਹੋਵੇਂ ਤੂੰ ਇਸ ਵੇਲੇ ਖੇਡਦੇ ਵਦ ਉਹਨਾਂ ਦੇ ਕੋ ਨਾ ਜੀ ਸਾਡ ਤੋਂ ਬਾਅਦ ਜਿਹੜੇ ਸਾਡੇ ਬਲਕੇ ਸ਼ਗਿਰਦਾ ਚਾਹ ਵੇਦੇ ਨੇ ਉਹ ਰਾਏ ਨੂਰ ਰਜਾਤ ਖਰਲ ਖੇਡਦਾ ਵਦਾ ਹੈ ਨਾਸਿਰ ਕੁਫਰੀ ਵਾਲਾ ਖੇਡਦਾ ਵਦਾ ਹੈ ਫੈਸਲ ਭੱਟੀ ਖੇਡਦਾ ਵਦਾ ਹੈ ਅਖਤਰ ਬਲੋਚ ਖੇਡਦਾ ਵਦਾ ਹੈ ਮੂਮ ਹਸੈਨ ਵਿਰਵਾਲ ਖੇਡਦਾ ਵਦਾ ਬਾਕੀ ਇਹ ਦੂਸਰੇ ਜੰਗ ਸਾਡ ਤੋਂ ਬਾਅਦ ਇਹ ਚਾਹਨ ਜਿਹੜੇ ਅੱਜ ਕੱਲ ਜ਼ਿਆਦਾ ਖੇਡਦੇ ਵਦੇ ਤੇ ਚੰਦ ਇੱਕ ਹੋਰ ਵੀ ਹੈ ਜਿਹੜੇ ਖੇਡਦੇ ਵਦੇ ਇਸ ਟਾਈਮ ਹੀ ਸਾਡੇ ਨਾਲ ਖੇਡਦੇ ਰਹੇ ਚੌਧਰੀ ਮੋਹਸਨ ਸਮੋਟ ਇੱਕ ਖਿਲਾੜੀ ਹੈ ਉਸ ਨੂੰ ਬੇਦਰਦੀ ਨਾਲ ਸ਼ਹੀਦ ਕਰ ਦਿੱਤਾ ਗਿਆ ਤਾਂ ਤੁਸੀਂ ਉਸ ਨੂੰ ਐਜ਼ ਅ ਖਿਲਾੜੀ ਕਿਵੇਂ ਪਾਇਆ ਵੇਖੋ ਨਾ ਜੀ ਜਿਹੜਾ ਮੋਹਸਨ ਸਮੋਟ ਅੱਲਾਹ ਪਾਕ ਨੂੰ ਜਨਤੁਲ ਫਿਰਦੌਸ ਦੀ ਜਗ੍ਹਾ ਤਾ ਫਰਮਾਵੇ ਬਹੁਤ ਅੱਛਾ ਔਰ ਬੜਾ اخلاقی ਔਰ ਬੜਾ ਅੱਛਾ ਖਿਡਾਰੀ ਆਈ ਸਾਡੀ ਉਹ ਝੰਡੀ ਵੀ ਖੇਡਦਾ ਰਿਹਾ ਏ ਪਿੰਡੀ ਦੇ ਇਲਾਕੇ ਚ ਸਾਡੇ ਮੈਚ ਟੂਰਨਾਮੈਂਟ ਹੋਏ ਨਾ ਜਾਂ ਕਸ਼ਮੀਰ ਦੇ ਇਲਾਕੇ ਚ ਚਕਵਾਲ ਦਾ ਏਰੀਆ ਹੋ ਗਿਆ ਤੇ ਅਸੀਂ ਸਾਨੂੰ ਝੰਡੀ ਖਿਡਾਉਂਦੇ ਆ ਸੀ ਬੜਾ اخਲਾਕੀ ਆਈ ਤੇ ਬੜਾ ਨਾਈਸ ਜਿਹਾ ਬੰਦਾ ਆਈ ਅੱਲਾਹ ਪਾਕ ਉਸ ਨੂੰ ਜਿਹੜਾ ਨਾ ਜੰਨਤ ਨਸੀਬ ਕਰੇ ਬਸ ਉਹਦਾ ਟਾਈਮ ਪੂਰਾ ਹੋ ਗਿਆ ਅਸਾਂ ਜੀ ਇਹ ਵੀ ਸੁਣਿਆ ਕਿ ਤੁਸੀਂ ਇਤਨੇ ਜੁਰਹਤ ਵਾਲੇ ਖਿਡਾਰੀ ਐ ਕਿ ਤੁਸੀਂ ਇੱਕ ਦਮ ਸਮੇਸ਼ ਮਾਰੀ ਤੇ ਇੱਕ ਬੰਦੇ ਨੂੰ ਗੇਂਦ ਲੱਗੀ ਤੇ ਉਹ 15 ਮਿੰਟ ਬੇਹੋਸ਼ ਰਿਹਾ ਜੀ 15 ਮਿੰਟ ਤੇ ਨਹੀਂ ਉਹ ਸਾਡੇ ਆਪਣੇ ਵਾਂ ਬੱਚਾ ਵਾਂ ਬੱਚਰਾਂ ਦਾ ਨੈਟ ਮੈਨ ਆਈ ਉਹ ਬਲਾਕਿੰਗ ਤੇ ਆਇਆ ਤੇ ਉਸ ਨੂੰ ਸਿਰਜਬਾਲ ਲੱਗੀ ਤੇ ਕੁਝ 2-4 ਮਿੰਟਾਂ ਵਾਸਤੇ ਜਿਹੜਾ ਹੈ ਨਾ ਉੱਡ ਗਿਆ ਬੇਹੋਸ਼ ਹੋਇਆ 15 ਮਿੰਟ ਤੇ ਨਹੀਂ ਹੋਇਆ ਤੇ ਐਸੀ ਹੋ ਗਿਆ ਸੀ ਬੇਹੋਸ਼ ਇਸ ਵਕਤ ਦੀ ਸ਼ੂਟਿੰਗ ਵਾਲੀਬਾਲ ਹੈ ਸੋਨ ਆਪਣੇ ਤੁਲਾਵਾ ਕਿਹੜਾ ਖਿਡਾਰੀ ਜ਼ਿਆਦਾ ਪਸੰਦ ਹੈ ਸਾਡੇ ਪਸੰਦ ਦੇ ਖਿਡਾਰੀ ਇਸ ਟਾਈਮ ਕੋ ਨਹੀਂ ਰਹੇ ਵੈਸੇ ਤੇ ਜਿਹੜੇ ਸਾਡੀ ਪਸੰਦ ਆ ਇਕਬਾਲ ਹੋ ਗਿਆ ਨੈਤ ਖਾਨ ਹੋ ਗਿਆ ਉਸ ਤੋਂ ਬਾਅਦ ਫਿਰ ਮਕਬੂਲ ਖਾਨ ਆਈ ਮਕਬੂਲ ਖਾਨ ਤੋਂ ਬਾਅਦ ਆਮਰ ਖਾਨ ਬਲੋਚ ਮਰਹੂਮ ਅੱਲਾਹ ਪਾਕ ਜੰਨਤ ਨਸੀਬ ਕਰੇ ਸਾਡੇ ਸ਼ਾਗਿਰਦਾਂ ਚ ਵੀ ਆਈ ਤੇ ਬੜਾ ਸਾਡਾ ਅਜੀਜ਼ ਵੀ ਆਈ ਉਹ ਬਹੁਤ ਹੀ ਜਿਹੜਾ ਹੈ ਨਾ ਪਾਇਦਾ ਖਿਡਾਰੀ ਆ ਹੁਣ ਵੀ ਅੱਛੇ ਖੇਡਦੇ ਹੋਏ ਹਨ ਕਾਫੀ ਖਿਡਾਰੀ ਲੇਕਿਨ ਉਸ ਪੋਜੀਸ਼ਨ ਦੇ ਨਹੀਂ ਜਿਸ ਪੋਜੀਸ਼ਨ ਤੇ ਜਿਸ ਮਿਆਰ ਦੇ ਅਸਾਂ ਖੇਡਦੇ ਰਹਿਆ ਜਾਂ ਸਾਡੇ ਨਾਲ ਮੁਖਾਲਿਫ ਜਾਂ ਸਾਡੇ ਨਾਲ ਖਿਡਾਰੀ ਖੇਡਦੇ ਰਹੇ ਉਸ ਪੋਜੀਸ਼ਨ ਦੇ ਤੇ ਇਸ ਟਾਈਮ ਨਹੀਂ ਇਤਨੇ ਖਿਡਾਰੀ ਰਹੇ ਉਸ ਟਾਈਮ ਹੋਰ ਗੇਮ ਆਈ ਹੁਣ ਹੋਰ ਗੇਮ ਆ ਗਈ ਏ ਜੇ ਜਿਸ ਟਾਈਮ ਤੁਸੀਂ ਖੇਡਦੇ ਆ ਤੇ ਹੁਣ ਵਾਲੀ ਸ਼ੂਟਿੰਗ ਵਾਲੀ ਵਾਲੇ ਕਿੰਨਾ ਫਰਕ ਆ ਗਿਆ ਕੋ ਫਰਕ ਤਾਂ ਕਾਫੀ ਆ ਗਿਆ ਸਾਡੇ ਦੌਰੇ ਤਾਂ ਦੋ ਤਿੰਨ ਸਮੇਸ਼ਰ ਹੁੰਦੇ ਆਂ ਟੀਮ ਵਿੱਚ ਠੀਕ ਹੈ ਇਸ ਟਰਮ ਤੇ ਅੱਠ ਦੇ ਅੱਠ ਸਮੇਸ਼ਰ ਖੇਡਦੇ ਪਏ ਹੁੰਦੇ ਇਸ ਵਜ੍ਹਾ ਤੂੰ ਕਿਉਂ ਜੀ ਇਹ ਸ਼ੂਟਿੰਗ ਜਿਹੜੀ ਵਾਲੀ ਵਾਲ ਹੈ ਨਾ ਇਹ ਦੋ ਹੱਥ ਦੀ ਜ਼ਿਆਦਾਤਰ ਖੂਬਸੂਰਤੀ ਇਸ ਦੇ ਵਿੱਚ ਦੋ ਹੱਥ ਦੇ ਬਾਲ ਖੇਡੋ ਨਾਲ ਤੇ ਖੂਬਸੂਰਤੀ ਜ਼ਿਆਦਾ ਬਣਦੀ ਹੈ ਇਹਨਾਂ ਅੱਠ ਅੱਠ ਸਮੇਸ਼ਰ ਇਕੱਠੇ ਕੀਤੇ ਹੁੰਦੇ ਨਾਲੇ ਟੀਮ ਵਰਕ ਕੋ ਨਹੀਂ ਰਿਹਾ ਜਿਸ ਤੋਂ ਉਹ ਦਿਲਚਸਪੀ ਵੀ ਨਹੀਂ ਰਹੀਆਂ ਪਹਿਲੇ ਟੀਮ ਵਰਕ ਹੁੰਦਾ ਇਹ ਇੱਕ ਟੀਮ ਦੇ ਖਿਲਾੜੀ ਹੁੰਦੇ ਹਨ ਉਹ ਦੂਸਰੀ ਟੀਮ ਵਿੱਚ ਬਿਲਕੁਲ ਨਾਨ ਖੇਡਦੇ ਹੁਣ ਤੇ ਸੁਬਾਹ ਇਕੱਠੇ ਹੁੰਦੇ ਨੇ ਸ਼ਾਮੀ ਮੁਖਾਲਿਫ ਹੁੰਦੇ ਨੇ ਇਸ ਵਜ੍ਹਾ ਤੋਂ ਕਰਕੇ ਉਹ ਸ਼ੌਕ ਜਾਂ ਉਹ ਦਿਲਚਸਪੀ ਆਵਾਮ ਦੀ ਵੀ ਨਹੀਂ ਰਹੀ ਤੇ ਉਹ ਖਿਲਾੜੀਆਂ ਦੀ ਟੀਮ ਵਰਕ ਵੀ ਤਾਂ ਨਿਜ਼ਾਮ ਵੀ ਨਹੀਂ ਰਿਹਾ ਨਾਜ਼ਰੀਨ ਮੀਆਂ ਮੁਹੰਮਦ ਰਿਆਜ਼ ਕਲਿਆਰ ਪੂਰੇ ਪਾਕਿਸਤਾਨ ਵਿੱਚ ਖੇਡੇ ਨੇ ਇਹਨਾਂ ਕੋਲ ਪੁੱਛਦੇ ਆ ਕਿ ਇਹਨਾਂ ਪਾਕਿਸਤਾਨ ਦੇ ਕਿਹੜੇ ਕਿਹੜੇ ਜਹਾ ਤੇ ਵਾਂਝ ਕੇ ਆਪਣੀ ਪਰਫਾਰਮੈਂਸ ਦਿੱਤੀ ਔਰ ਲੋਕਾਂ ਨੇ ਮਹਿਸੂਸ ਕੀਤਾ ਮੈਂ ਜੀ ਅੱਲਾ ਦੇ ਹੁਕਮ ਨਾਲ ਪੂਰੇ ਪਾਕਿਸਤਾਨ ਇਹ ਖੇਡਿਆ ਕ੍ਰਾਚੀ ਤੋਂ ਲੈ ਕੇ ਕਸ਼ਮੀਰ ਤਾਈ ਜੀ ਕੋਈ ਇਲਾਕਾ ਕੋਈ ਐਸਾ ਸੂਬਾ ਨਹੀਂ ਜਿਸ ਦੇ ਵਿੱਚ ਨਾ ਖੇਡਿਆ ਹੋਆ ਤਕਰੀਬਨ ਪੂਰੇ ਪਾਕਿਸਤਾਨ ਇਹ ਖੇਡਿਆ ਉਹ ਕਿਹੜੇ ਇਲਾਕੇ ਦੇ ਲੋਕ ਨੇ ਜਿਹੜੇ ਸ਼ੂਟਿੰਗ ਵਾਲੀਬॉल ਨੂੰ ਸ਼ੌਂਕ ਨਾਲ ਲੈਂਦੇ ਹੋਣ ਔਰ ਇੱਜ਼ਤ ਦਿੰਦੇ ਹੋਣ ਖਿਡਾਰੀਆਂ ਬੇਸਿਕਲੀ ਤਾਂ ਸਾਡੀ ਸਰਗੋਦਰ ਰੇਂਜ ਦੀ ਗੇਮ ਹੈ ਉਸ ਤੋਂ ਇਲਾਵਾ ਜਿਹੜਾ ਲੱਕੀ ਦੇ ਇਲਾਕੇ ਨਾਲ ਕੇਪੀਕੇ ਦੇ ਟਾਂਕ ਲੱਕੀ ਡੇਰਾ ਇਹ ਬਹੁਤ ਜ਼ਿਆਦਾ ਸ਼ੌਕੀਨ ਨੇ ਔਰ ਬਹੁਤ ਜਿਹੜਾ ਨਾ ਖਿਡਾਰੀਆਂ ਨੂੰ ਵੈਲਕਮ ਕਰਦੇ ਬਾਕੀ ਤੇ ਹਰ ਇਲਾਕੇ ਚ ਖਿਡਾਰੀ ਦੀ ਬੜੀ ਇੱਜ਼ਤ ਇਤਰਾਮ ਰਿਹਾ ਹੈ ਜੇ ਕਸ਼ਮੀਰ ਤੋਂ ਕਿਰਾਚੀ ਤائیں ਲੇਕਿਨ ਕਿਉਂਕਿ ਬੇਸਿਕਲੀ ਸਾਡੇ ਇਲਾਕੇ ਦੀ ਗੇਮ ਆਈ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਤਰਜੀਹ ਦਿੰਦੇ ਹਨ ਖਿਡਾਰੀ ਨੂੰ ਇਹ ਸੁਣਨ ਚਾਹ ਕੇ ਮੀਹ ਵਾਲੇ ਸ਼ੂਟਿੰਗ ਵਾਲੀ ਬਾਰੇ ਤੁਸੀਂ ਮਤਾਰਿਫ ਕਰਾਇਆ ਜੀ ਨਹੀਂ ਸਾਡੇ ਤੋਂ ਪਹਿਲੇ ਵੀ ਖੇਡਦੇ ਰਹੇ ਨੇ ਖਿਡਾਰੀ ਬੜੇ ਅੱਛੇ ਅੱਛੇ ਖੇਡਦੇ ਨੇ ਤੇ ਸਾਡਾ ਵੀ ਵਿੱਚ ਕੁਝ ਹਿੱਸਾ ਹੈ ਅਸਾਂ ਵੀ ਆਪਣੇ ਵਕਤ ਵਿੱਚ ਅੱਛੇ ਹੀ ਖੇਡਦੇ ਰਹਿਆ ਤੇ ਇਲਾਕੇ ਦੇ ਖਿਡਾਰੀਆਂ ਨੂੰ ਤਰਜੀਹ ਵੀ ਦਿੱਤੀ ਏ ਐਸੀ ਤਾਂ ਕੋਈ ਗੱਲ ਨਹੀਂ ਸਵਾਦੀ ਜ਼ਿੰਦਗੀ ਦਾ ਜੀ ਕੋਈ ਐਸਾ ਦਿਲਚਸਪ ਮੈਚ ਜਿਹੜਾ ਸੋਨ ਅਜੇ ਤਾਈਂ ਯਾਦ ਹੋਵੇ ਉਹ ਵੈਸੇ ਤਾਂ ਜੀ ਬੇ ਕੋਨਾ 335 ਸਾਲ ਅਸਾਂ ਬੜੇ ਅੱਛੇ ਟਾਈਮ گزارਿਆ ਇਸ ਗੇਮ ਦੇ ਵਿੱਚ ਤੇ ਮੈਚ ਜਿਹੜੇ ਇਕਬਾਲ ਨਾਲ ਹੁੰਦੇ ਰਹਿੰਨ ਨਾ ਉਹ ਬਹੁਤ ਅੱਛੇ ਦਿਲਚਸਪ ਮੈਚ ਹੁੰਦੇ ਰਹਿੰਨ ਠੀਕ ਜੀ ਉਸ ਤੋਂ ਬਾਅਦ ਅਮਜਦ ਲਾਕ ਕੋ ਗਿਆ ਜਾਂ ਇਲਤਾ ਮਲਾ ਦੀ ਟੀਮ ਜਿਤਨੇ ਦਾ ਹੀ ਰਹੀਏ ਉਹਨਾਂ ਨਾਲ ਵੀ ਬੜੇ ਦਿਲਚਸਪ ਮੈਚ ਰਹੇ ਨੇ ਸਾਡੇ ਕੁਝ ਅਰਸਾ ਕੋ ਚੰਦ ਇੱਕ ਮੈਚ ਫੌਜ ਯੂਨੀਸਰ ਨਾਲ ਵੀ ਦਿਲਚਸਪ ਬਣੇ ਬਾਕੀ ਬਾਅਦ ਵਿੱਚ ਤੇ ਫਿਰ ਜਿਹੜਾ ਤੇ ਆਪੋਜੀਸ਼ਨ ਨਹੀਂ ਰਹੀ ਕੋਈ ਇਸ ਕਲਿਆਰ ਕਬੀਲੇ ਜੋ ਕੋਈ ਐਸਾ ਸ਼ਖਸ ਜਿਹੜੇ ਤੁਸੀਂ ਖਿਲਾੜੀ ਬਣਾਉਂਦੇ ਪਏ ਦੇ ਸ਼ਗਿਰਦ ਸਰਗੋਦੇ ਦੇ ਵੀ ਇੱਕ ਦੋ ਖਿਲਾੜੀ ਹੈ ਨ ਕਲਿਆਰ ਅੱਛੇ ਜੇ ਫੈਸਲਾਬਾਦ ਜੜਾਂ ਦੇ ਵੀ ਇੱਕ ਦੋ ਅੱਛੇ ਖੇਡਦੇ ਰਹੇ ਉਸ ਪਾਇਆ ਉਸ ਪੋਜੀਸ਼ਨ ਦੇ ਨਹੀਂ ਜਿਹੜੇ ਮਿਆਰ ਤੇ ਅਸਰ ਆਇਆ ਜਾਂ ਜਿਆ ਉਸ ਨਾਂ ਦੇ ਨਹੀਂ ਤਾਂ ਵੈਸੇ ਅੰਗੇ ਅੱਛੇ ਖੇਡਦੇ ਰਹੋ ਜੀ ਸਾਡੇ ਸੋਣਾਂ ਨਾਲ ਜਿਹੜੇ ਨੌਜਵਾਨ ਦੇਦੇ ਪੈਨ ਉਹਨਾਂ ਨੂੰ ਸ਼ੂਟਿੰਗ ਵਾਲੀ ਬਾਲ ਦਾ ਸ਼ੌਕ ਹੈ ਤਾਂ ਕਿਸ ਤਰ੍ਹਾਂ ਆਪਣੀ ਗੇਮ ਨੂੰ ਸ਼ੁਰੂ ਕਰੇਨ ਕਿ ਤੂੰ ਸ਼ੁਰੂ ਕਰੈ ਸਨੋ ਵੇਖੋ ਨਾ ਜੀ ਗੇਮ ਤੇ ਇਹ ਸ਼ੌਕ ਨਾਲ ਦਿਲਚਸਪੀ ਤੇ ਸ਼ੌਕ ਰੱਖੇ ਸਨ ਕੋਈ ਅੱਛੇ ਗਰਾਊਂਡ ਚ ਵੈਸੇ ਹਨ ਜਿੱਥੇ ਕੋਈ ਪੁਰਾਣੇ ਖਿਡਾਰੀ ਖੇਡਦੇ ਪਏ ਹੋਣ ਤੇ ਉਹਨਾਂ ਤੋਂ ਕੋਈ ਜਿਹੜਾ ਤਾਂ ਸਿੱਖਣ ਤੇ ਸ਼ੌਕ ਦੀ ਗੱਲ ਏ ਸਾਰੀ ਤੇ ਖੁਦਾ ਦਾਦ ਸਲੀਤ ਵੀ ਹੈ ਅੱਲਾ ਪਾਕ ਦੀ ਦੇਣੇ ਜਿਸ ਨੂੰ ਦੇਵੇ ਇਸ ਦੇ ਵਿੱਚ ਬੰਦੇ ਦੀ ਮਿਹਨਤ ਵੀ ਲਾਜ਼ਮੀ